ਜਦੋਂ ਗੈਰ ਵੀ ਮੰਨ ਜਾਣ ਤੇ ਆਪਣੇ ਦੇ ਢਿੱਡ 'ਚ ਹਸਦ ਦਾ ਸ਼ਿਕਾਰ ਕਿਉਂ ਹੋ ਗਏ? ਹਸਦ ਦਾ ਸਾਡੇ ਕੋਲ ਕੋਈ ਇਲਾਜ ਨਹੀਂ, ਨਾ ਕੋਈ ਹਾਂਜੀ ਅਸੀਂ ਹਕੀਮ ਲੁਕਮਾਨ ਹਕੀਮ ਦਾ ਸਾਡੇ ਕੋਲ ਤਾਂ ਪੂਰੀ ਕੋਈ ਨਹੀਂ ਕਿ ਕਿਸੇ ਹਾਸਦ ਨੂੰ ਅਸੀਂ ਦੇਈਏ ਕਿ ਉਹਦਾ ਹਸਦ ਮੁੱਕ ਜਾਏ। ਅਸੀਂ ਤਾਂ ਅੰਦਰ ਬੈਠੇ ਸੀ, ਫਿਰ ਜਣੇ ਬਣ ਦੇ ਬਾਹਰ ਨਿਕਲ ਗਏ। ਅਸਾਂ ਜੇ ਗਲਤ ਕੰਮ ਕਰਦੇ ਰਹੇ, ਤੁਸੀਂ ਇਹ ਗਲਤ ਤਰੀਕਾ ਹੈ ਜਿਸ ਤਰੀਕੇ ਪਰ ਇਹ ਚੱਲ ਰਿਹਾ, ਤਾਂ ਫਿਰ ਕੌਮ ਚਾਹੀਦਾ ਸੀ ਨਾ, ਅਸੀਂ ਤਾਂ ਅੰਦਰ ਬੈਠੇ ਹੋਏ ਸੀ, ਤੁਸੀਂ ਫਿਰ ਕੌਮ ਨੂੰ ਸਹੀ ਰਹਨੁਮਾਈ ਕਰਦੇ ਕਿ ਇਹ ਤਰੀਕਾ ਹੋਵੇ ਜਨਾਬ। ਇਹ ਚੱਡੇ ਚ ਪੁੱਛਣ ਪਾ ਕੇ ਅੰਦਰ ਵੜ ਕੇ ਬਹਿਣ ਨਾ, ਤਾਂ ਇਹ ਤਾਂ ਨਹੀਂ ਨਾ ਬਾਤ ਬਤਾ। ਇਕਬਾਲ ਕਹਿੰਦਾ ਹੈ, ਸ਼ੇਖ ਬਹੁਤ ਅੱਛੀ ਹੈ ਮਕਤਬ ਕੀ ਫਜ਼ਾ, ਲੇਕਿਨ ਬਨਤੀ ਹੈ ਬਯਾ ਮਾਮ ਫਾਰੂਕੀ ਸਲਮਾ। ਇਹ ਸ਼ੇਖ ਬਹੁਤ ਅੱਛੀ ਹੈ ਮਕਤਬ ਕੀ ਫਜ਼ਾ, ਲੇਕਿਨ ਅੰਦਰ ਬਹਿ ਕੇ ਤਸਮੀਆਂ ਰੋਲਣਾ ਹੋਰ ਬਾਤ ਹੈ ਜੀ। ਜੰਗੇ ਯਰਮੂਕੇ ਚ ਆਪਣੇ ਕਮੀਜ਼ ਉਤਾਰ ਕੇ ਮੈਦਾਨੇ ਜਨਾਬ ਮਾਰਕੇ ਵਿੱਚ ਉਤਰਨਾ, ਹਜ਼ਰਤ ਦਰਾਰ ਬਿਨ ਅਜ਼ਵਰ ਦਾ ਗੱਲ ਵਿੱਚ ਹੋਰ ਹੈ। ਅੱਜ ਘਰ ਵਿੱਚ ਵੀ ਰਹਿਣ ਦਾ, ਘਰ ਦੇ ਵਿੱਚ ਵੀ ਸੂਰਾ ਅਨਫਾਲ ਘਟਾ ਦੋਗੇ। ਸਾਬਤ ਬਾਰੇ ਤੁਸੀਂ ਗੱਲਾਂ ਕਰਦੇ ਹੋ, ਤੁਸੀਂ ਤਾਂ ਆਪਣੇ ਮੁਲਕ ਜਿਹੜਾ ਇਸਲਾਮ ਦੇ ਨਾਂ ਦੇ ਨਾਫਿਜ਼ ਹੋਇਆ, ਇੱਥੇ ਇਸਲਾਮ ਨੂੰ ਦੇਸ਼ ਨੇ ਕਾਲਾ ਦੇ ਦਿੱਤਾ ਹੈ। ਸਾਬਤ ਉਹ ਬਣ ਜਿਹੜਾ ਦੋ ਸੁਪਰ ਪਾਵਰਾਂ ਢਾ ਦਿੱਤਾ ਇਨ ਕਰਕੇ। ਗੱਲ ਕਰਨ ਲੱਗਿਆ ਬੰਦੇ ਨੂੰ ਹਯਾ ਨਹੀਂ ਹੋਣੀ ਚਾਹੀਦੀ? ਤੂੰ ਸਾਬਤ ਬਾਰੇ ਗੱਲਾਂ ਕਰਨਾ, ਸਾਬਤ ਜਿਹੜਾ ਹਜ਼ੂਰ ਨਾਲ ਘੋੜਾ ਦੌੜਾਇਆ ਨਾ, ਉਹਨਾਂ ਘੋੜਿਆਂ ਦੇ ਪੈਰਾਂ ਨਾਲ ਜਿਹੜੀ ਮਿੱਟੀ ਉੱਡੀ ਨਾ, ਉਮਤ ਉਸ ਦੇ ਬਰਾਬਰ ਵੀ ਨਹੀਂ ਹੋ ਸਕਦੀ। ਤੂੰ ਸਾਬਤ ਬਾਰੇ ਤਬਸਰੇ ਕਰਨਾ, ਪਹਿਲੇ ਆਪਣਾ ਮੂੰਹ ਧੋ ਪਿਆ। ਪਾਕਾਂ ਨੇ ਉਮਤ ਜਿਹੜੇ ਇਸਲਾਮ ਦੀ ਬੁਨਿਆਦ ਹਨ, ਤੈਨੂੰ ਪਤਾ ਹੀ ਕੋਈ ਨਹੀਂ, ਤੂੰ ਗੱਲ ਕੀ ਕਰ ਰਿਹਾ? ਔਰ ਫਿਰ ਸਾਨੂੰ ਕਹਿੰਦੇ ਜੀ ਮੌਲਾਨਾ ਸਾਹਿਬ ਹਲਕੀ ਬਾਤ ਕਰੋ, ਹਲਕੀ ਬਾਤ ਕਰੋ, ਹਲਕੀ ਬਾਤ ਕਰੋ, ਹਲਕੀ ਬਾਤ ਕਰੋ। ਤੂੰ ਪਾਕਾਂ ਨੇ ਉਮਤ ਨੂੰ ਪੈ ਗਿਆ, ਤੈਨੂੰ ਜਿਹਨੇ ਮਸ਼ਵਰਾ ਦਿੱਤਾ ਉਹਨਾਂ ਕੋਲ ਪੁੱਛ ਤਾਂ ਸਹੀ, ਸਾਹਬਾ ਦੀ ਕੀ ਸ਼ਾਨ ਹੈ? ਹਾਂਜੀ ਖੈਰ ਹਜ਼ਰਤ ਵੈਸੇ ਕਰਨੀ, ਖੈਰ ਤਾਬੀਨ ਹੋਣੇ ਕੇ ਬਾਵਜੂਦ ਵਾਸ਼ੀ ਬਿਨ ਹਰਬ ਕੇ ਪਹਿਲੇ ਮਕਾਮ ਕੋ ਛੂ ਵੀ ਨਹੀਂ ਸਕਦਾ, ਜਿਹਨਾਂ ਹਜ਼ੂਰ ਨੂੰ ਸਿਰਫ ਇੱਕ ਵਾਰੀ ਵੇਖਿਆ। ਗੱਲਾਂ ਕਰਨੇ ਬਹਿ ਕੇ ਵਿਸਾੜੀ ਜੀ ਮੌਲਾਨਾ ਸਾਹਿਬ ਫਿਰ ਕੀ ਹੋਏ? ਇਹ ਤੈਨੂੰ ਪਤਾ ਹੀ ਕੋਈ ਨਹੀਂ, ਸਾਰੇ ਫੈਸਲੇ ਇਮਾਮ ਆਜ਼ਮ ਅਬੂ ਹਨੀਫਾ ਤੇ ਆਲਾ ਹਜ਼ਰਤ ਬਰੇਲਵੀ ਤੱਕ ਤੇ ਦਾਦਾ ਸਾਹਿਬ ਤੇ ਸੁਲਤਾਨ ਉਲ ਹਿੰਦ ਤੇ ਸਾਰੇ ਦੀਨ ਨਹੀਂ ਸਮਝੇ? ਅੱਜ ਹਰ ਬੰਦਾ ਉੱਠ ਕੇ ਦੀਨ ਦੇ ਬਾਰੇ ਤੱਕ, ਤੁਸੀਂ ਉਹਦੇ ਜ਼ਿੰਮੇਦਾਰ ਹੋ। ਹਾਂਜੀ ਤੁਸੀਂ ਜ਼ਿੰਮੇਦਾਰ, ਹਾਂਜੀ ਤੁਸੀਂ ਜ਼ਿੰਮੇਦਾਰ ਹੋ।